ਦੋਸਤੋ, ਅੱਜ ਗੱਲ ਕਰਾਂਗੇ ਉਸ ਇਨਸਾਨ ਦੀ ਜਿਸ ਦੇ 16,000 ਕਰੋੜ ਰੁਪਇਆ ਨੂੰ ਹਰ ਸਾਲ ਚੂਹੇ ਕੁੱਤਰ ਜਾਂਦੇ ਸਨ। ਜਿਸ ਦੀ ਧੀ ਨੂੰ ਠੰਡ ਲੱਗੀ ਤਾਂ ਉਸਨੇ 13 ਕਰੋੜ ਰੁਪਇਆ ਨੂੰ ਅੱਗ ਲਗਾ ਦਿੱਤੀ ਤਾਂ ਜੋ ਉਸਦੀ ਧੀ ਨੂੰ ਨਿੱਘ ਮਿਲ ਸਕੇ। ਜਿਸ ਦੀ ਇੱਕ ਦਿਨ ਦੀ ਕਮਾਈ ਸੀ 400 ਕਰੋੜ ਰੁਪਇਆ, ਜੋ ਹਰ ਮਹੀਨੇ 64,000 ਰੁਪਇਆ ਰਬੜਾਂ ਦੇ ਉੱਤੇ ਖਰਚ ਕਰਦਾ ਸੀ ਤਾਂ ਜੋ ਉਹ ਨੋਟਾਂ ਦੀਆਂ ਗੱਥੀਆਂ ਨੂੰ ਬੰਨ ਸਕੇ। ਗੱਲ ਕਰਾਂਗੇ ਉਸ ਇਨਸਾਨ ਦੀ ਜਿਸਨੇ 1991 ਦੇ ਵਿੱਚ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਸਰਕਾਰ ਨੂੰ ਕੀਤੀ ਤੇ ਉਸਦੇ ਨਾਲ ਹੀ ਇੱਕ ਸ਼ਰਤ ਰੱਖੀ ਕਿ ਉਹ ਉਸ ਜੇਲ੍ਹ ਦੇ ਵਿੱਚ ਰਹੇਗਾ ਜੋ ਉਹ ਖੁਦ ਬਣਵਾਏਗਾ। ਤੇ ਦੋਸਤੋ, ਜਦੋਂ ਉਸਦੀ ਮੌਤ ਹੋ ਜਾਂਦੀ ਹੈ ਤਾਂ ਉਸਨੂੰ ਕਬਰ ਦੇ ਵਿੱਚ ਦਫਨਾਇਆ ਜਾਂਦਾ ਹੈ ਤਾਂ 2 ਦਿਨਾਂ ਬਾਅਦ ਉਸਦੀ ਮਾਂ ਦੁਬਾਰਾ ਉਸਦੀ ਕਬਰ ਨੂੰ ਪਟਵਾਉਂਦੀ ਹੈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਪਾਬਲੋ ਐਸਕੋਬਾਰ ਦੀ। ਦੋਸਤੋ, ਇਸ ਇਨਸਾਨ ਦੀ ਅੱਜ ਆਪਾਂ ਕਹਾਣੀ ਦਾ ਜ਼ਿਕਰ ਕਰਾਂਗੇ। 1 ਦਸੰਬਰ 1949 ਨੂੰ ਇਸਦਾ ਜਨਮ ਕੋਲੰਬੀਆ ਦੇ ਵਿੱਚ ਹੁੰਦਾ ਆ। ਇੱਕ ਸਧਾਰਨ ਜਿਹੇ ਪਰਿਵਾਰ ਦੇ ਵਿੱਚ ਇਹ ਜਨਮ ਲੈਂਦਾ ਆ। ਸਕੂਲ ਦੇ ਵਿੱਚ ਪੜ੍ਹਦਾ ਆ, ਇੱਕ ਦਿਨ ਜੁੱਤੇ ਨਾ ਹੋਣ ਕਾਰਨ ਸਕੂਲ ਦੇ ਵਿੱਚੋਂ ਇਸਨੂੰ ਕੱਢ ਦਿੱਤਾ ਜਾਂਦਾ ਆ। ਫਿਰ ਕਿਵੇਂ ਨਾ ਕਿਵੇਂ ਕਰਕੇ ਇਹ ਕਾਲਜ ਤੱਕ ਪਹੁੰਚਦਾ ਆ ਤਾਂ ਇੱਕ ਦਿਨ ਫੀਸ ਨਾ ਹੋਣ ਕਾਰਨ ਕਾਲਜ ਵਿੱਚੋਂ ਵੀ ਕੱਢ ਦਿੱਤਾ ਜਾਂਦਾ ਆ। ਫਿਰ ਇਹ ਜ਼ੁਰਮ ਦੀ ਦੁਨੀਆ ਦੇ ਵਿੱਚ ਕਦਮ ਰੱਖਦਾ ਆ। ਇਹ ਪਹਿਲਾਂ ਛੋਟੀਆਂ ਮੋਟੀਆਂ ਚੋਰੀਆਂ ਕਰਦਾ ਆ, ਜਿਵੇਂ ਕਬਰਸਤਾਨਾਂ ਦੇ ਵਿੱਚ ਜਿਹੜੇ ਪੱਥਰ ਲੱਗੇ ਹੁੰਦੇ ਆ, ਸਭ ਤੋਂ ਪਹਿਲਾਂ ਇਹ ਉਹਨਾਂ ਦੀ ਚੋਰੀ ਕਰਦਾ ਹੈ ਤੇ ਉਹਨਾਂ ਨੂੰ ਅੱਗੇ ਵੇਚ ਦਿੰਦਾ ਆ। ਕਾਰਾਂ ਦੀ ਚੋਰੀ ਕਰਦਾ ਆ, ਗਾਂਜੇ ਦੀ ਜਿਹੜੀ ਆ ਚੋਰੀ ਕਰਦਾ ਆ। 20-21 ਸਾਲਾਂ ਦੀ ਉਮਰ ਦੇ ਵਿੱਚ ਜਿਹੜੀ ਇਹਨੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ, ਉਹ ਸੀ ਇੱਕ ਵਪਾਰੀ ਨੂੰ ਜਿਹੜਾ ਹੈ ਕਿਡਨੈਪ ਕਰ ਲੈਣਾ। ਜਦੋਂ ਇਸਨੇ ਵਪਾਰੀ ਨੂੰ ਕਿਡਨੈਪ ਕੀਤਾ ਤਾਂ ਉਸ ਤੋਂ ਬਾਅਦ ਇਸਨੇ $1,00,000 ਦੀ ਫਰੌਤੀ ਲਈ, ਜਿਸ ਕਾਰਨ ਇਹ ਚਰਚਾ ਦੇ ਵਿੱਚ ਆ ਗਿਆ। ਦੋਸਤੋ, ਪਾਬਲੋ ਨੇ ਫਿਰ ਕੋਕੀਨ ਦੀ ਸਮਗਲਿੰਗ ਸ਼ੁਰੂ ਕੀਤੀ। ਇਸ ਦੀ ਸ਼ੁਰੂਆਤ ਐਵੇਂ ਹੋਈ, ਸਭ ਤੋਂ ਪਹਿਲਾਂ ਇਹ ਇੱਕ ਵਪਾਰੀ ਦੇ ਕੋਲ ਗਿਆ ਤੇ ਉਹਦੇ ਗੱਲਬਾਤ ਕਰਦਿਆਂ ਹੋਇਆਂ ਇਹਨਾਂ ਦੇ ਵਿੱਚ ਇੱਕ ਝਗੜਾ ਹੋ ਜਾਂਦਾ ਤੇ ਉਸਦਾ ਕਤਲ ਕਰ ਦਿੰਦਾ ਆ ਤੇ ਉਸ ਕੋਲੋਂ 18 ਕਿਲੋਗ੍ਰਾਮ ਜਿਹੜੀ ਹੈ ਕੋਕੀਨ ਲੈ ਕੇ ਫਰਾਰ ਹੋ ਜਾਂਦਾ ਤੇ ਫਿਰ ਇਹ ਉਸਦੀ ਸਮਗਲਿੰਗ ਕਰਦਾ ਤੇ ਇਹਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਬਹੁਤ ਪੈਸਾ ਹੈ। ਇੱਥੋਂ ਇਹਦਾ ਕੋਕੀਨ ਦੀ ਸਮਗਲਿੰਗ ਦਾ ਸਫ਼ਰ ਸ਼ੁਰੂ ਹੁੰਦਾ। ਦੋਸਤੋ, ਤੁਹਾਨੂੰ ਦੱਸ ਦਿਆਂ ਕਿ ਜੇਕਰ ਆਪਾਂ ਇਹਦੀ ਆਮਦਨ ਦੀ ਗੱਲ ਕਰੀਏ, ਜਦੋਂ ਇਸਦੀ ਮੌਤ ਹੁੰਦੀ ਹੈ 1993 ਦੇ ਵਿੱਚ, ਉਦੋਂ ਇਸਦੀ ਨੈੱਟਵਰਥ ਜੋ ਸੀ ਉਹ ਸੀ 16 ਖਰਬ। ਪਾਬਲੋ ਕੋਕੀਨ ਦੀ ਸਮਗਲਿੰਗ ਦੇ ਲਈ ਵੱਖੋ ਵੱਖਰੇ ਢੰਗਾਂ ਨੂੰ ਅਪਣਾਉਂਦਾ ਸੀ, ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਕਹਿੰਦੇ ਆ ਕਿ ਕੋਕੀਨ ਨੂੰ ਘੋਲਿਆ ਜਾਂਦਾ ਸੀ, ਉਸ ਦੇ ਵਿੱਚ ਜੀਨ ਨੂੰ ਡੁਬੋਇਆ ਜਾਂਦਾ ਸੀ ਤੇ ਜਦੋਂ ਉਹ ਸੁੱਕ ਜਾਂਦੀ ਸੀ ਫਿਰ ਉਸਨੂੰ ਪੈਕ ਕਰਕੇ ਜਿਹੜਾ ਦੂਜੇ ਦੇਸ਼ਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ ਤੇ ਉੱਥੇ ਜਾ ਕੇ ਇੱਕ ਕੈਮੀਕਲ ਦੇ ਵਿੱਚ ਦੁਬਾਰਾ ਇਸ ਜੀਨ ਨੂੰ ਪਾਇਆ ਜਾਂਦਾ ਸੀ ਤੇ ਪਾਉਣ ਤੋਂ ਬਾਅਦ ਜਿਹੜੀ ਹੈ ਕੋਕੀਨ ਉਸ ਜੀਨ ਤੋਂ ਅਲੱਗ ਹੋ ਜਾਂਦੀ ਸੀ ਤੇ ਫਿਰ ਜਿਹੜਾ ਉਹਨੂੰ ਸੁਕਾ ਕੇ ਵੇਚਿਆ ਜਾਂਦਾ ਸੀ। ਦੋਸਤੋ, ਤੁਹਾਨੂੰ ਦੱਸਦਿਆਂ ਕਿ ਪੁਲਿਸ ਵਾਲਿਆਂ ਨੂੰ ਇਸਦੀ ਭਿਣਕ ਕਈ ਸਾਲਾਂ ਤੱਕ ਨਹੀਂ ਪਈ ਤੇ ਜਦੋਂ ਪੁਲਿਸ ਵਾਲਿਆਂ ਨੂੰ ਇਸਦੀ ਭਿਣਕ ਪਈ ਤਾਂ ਉਹਨਾਂ ਨੇ ਜੀਨਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ, ਪਰ ਇਸਨੇ ਇੱਕ ਨਵਾਂ ਹੀ ਤਰੀਕਾ ਲੱਭ ਲਿਆ। ਇਸਨੇ ਕੀ ਕੀਤਾ, ਜਿਨ੍ਹਾਂ ਡੱਬਿਆਂ ਦੇ ਵਿੱਚ ਜਿਨ੍ਹਾਂ ਨੂੰ ਭੇਜਿਆ ਜਾਂਦਾ ਸੀ, ਇਹ ਉਹਨਾਂ ਡੱਬਿਆਂ ਨੂੰ ਇਸੇ ਤਰੀਕੇ ਦੇ ਨਾਲ ਪਹਿਲਾਂ ਪਾਣੀ ਦੇ ਵਿੱਚ ਡੁਬਾਉਂਦਾ ਜਿਨ੍ਹਾਂ ਵਿੱਚ ਕੋਕੀਨ ਘੁਲੀ ਹੁੰਦੀ ਸੀ, ਫਿਰ ਉਹਨਾਂ ਨੂੰ ਸੁਕਾ ਕੇ ਉਹਨਾਂ ਦੇ ਵਿੱਚ ਜੀਨ ਨੂੰ ਪਾ ਦਿੰਦਾ ਤੇ ਫਿਰ ਇਹਨਾਂ ਦੀ ਸਮਗਲਿੰਗ ਕਰਦਾ। ਪੁਲਿਸ ਵਾਲੇ ਉਹਨਾਂ ਜੀਨਸ ਦੀ ਚੈਕਿੰਗ ਕਰਦੇ ਤੇ ਉਹ ਡੱਬਿਆਂ ਨੂੰ ਸੁੱਟ ਦਿੰਦੇ, ਫਿਰ ਇਸਦੇ ਬੰਦੇ ਉਹ ਡੱਬਿਆਂ ਨੂੰ ਚੁੱਕ ਲਿਆਉਂਦੇ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਦੁਬਾਰਾ ਫਿਰ ਉਸੇ ਤਰੀਕੇ ਨਾਲ ਕੈਮੀਕਲ ਦੇ ਵਿੱਚ ਪਾ ਕੇ ਕੋਕੀਨ ਨੂੰ ਪ੍ਰਾਪਤ ਕਰਦੇ। ਇਹਦੇ ਹੋਰ ਵੀ ਬਹੁਤ ਸਾਰੇ ਢੰਗ ਸਨ ਇਸ ਕੋਕੀਨ ਦੀ ਸਮਗਲਿੰਗ ਦੇ, ਜਿਵੇਂ ਇਹ ਜਹਾਜ਼ਾਂ ਦੇ ਟਾਇਰਾਂ ਦੇ ਵਿੱਚ ਜਿਹੜਾ ਹੈ ਕੋਕੀਨ ਭਰ ਕੇ ਭੇਜ ਦਿੰਦਾ ਸੀ। ਇਹ ਪਾਇਲਟਾਂ ਨੂੰ ਉਸ ਸਮੇਂ ਕਹਿੰਦੇ ਆ ਕਿ $5,00,000 ਦੇ ਕਰੀਬ ਰਿਸ਼ਵਤ ਦਿੰਦਾ ਸੀ ਤਾਂ ਜੋ ਉਹਨਾਂ ਦੇ ਜਹਾਜ਼ਾਂ ਦੇ ਟਾਇਰਾਂ ਵਿੱਚ ਕੋਕੀਨ ਭਰੀ ਜਾ ਸਕੇ। ਕਹਿੰਦੇ ਆ ਕਿ ਇਸ ਵੱਲੋਂ ਇੱਕ
ਜਹਾਜ਼ ਵੀ ਖਰੀਦਿਆ ਗਿਆ ਜਿਸ ਨੂੰ ਇੱਕ ਵਾਰੀ ਇਹ ਖੁਦ ਉਡਾ ਕੇ ਅਮਰੀਕਾ ਲੈ ਗਿਆ ਸੀ ਤੇ ਵਾਪਸ ਆ ਕੇ ਇਸ ਨੇ ਉਸ ਜਹਾਜ਼ ਦੇ ਪਰਖੱਚੇ ਉਡਾ ਦਿੱਤੇ ਤੇ ਉਸ ਦੇ ਕਈ ਟੁਕੜਿਆਂ ਨੂੰ ਆਪਣੇ ਘਰ ਦੇ ਬਾਹਰ ਟੰਗ ਲਿਆ ਸੀ। ਕਹਿੰਦੇ ਕਿ ਇਹਨੇ ਪਣਡੁੱਬੀਆਂ ਵੀ ਖਰੀਦੀਆਂ ਸੀ ਸਮਗਲਿੰਗ ਕਰਨ ਲਈ ਤੇ ਦੋਸਤੋ ਕਹਿੰਦੇ ਕਿ ਇਹਦੇ ਕੋਲ ਇੰਨਾ ਪੈਸਾ ਸੀਗਾ ਕਿ ਇਹਦੇ ਕੋਲ ਸੰਭਾਲਣ ਲਈ ਜਗ੍ਹਾ ਥੁੜ ਜਾਂਦੀ ਸੀ ਕਿਉਂਕਿ ਉਹ ਪੈਸਾ ਜਿਹੜਾ ਹੈ ਸਮਗਲਿੰਗ ਦਾ ਸੀ ਉਸ ਨੂੰ ਬੈਂਕਾਂ ਦੇ ਵਿੱਚ ਤਾਂ ਰੱਖਿਆ ਨਹੀਂ ਜਾ ਸਕਦਾ ਸੀ। ਇਹ ਉਹਨਾਂ ਪੈਸਿਆਂ ਨੂੰ ਰੱਖਣ ਲਈ ਨਵੀਆਂ ਨਵੀਆਂ ਥਾਵਾਂ ਨੂੰ ਜਿਹੜਾ ਖਰੀਦਦਾ, ਉਹਨਾਂ ਦੀਆਂ ਕੰਧਾਂ ਨੂੰ ਤੋੜਦਾ, ਉਹਨਾਂ ਵਿੱਚ ਪੈਸਿਆਂ ਨੂੰ ਭਰਦਾ। ਜਿਵੇਂ ਮੈਂ ਪਹਿਲਾਂ ਹੀ ਸ਼ੁਰੂ ਦੇ ਵਿੱਚ ਕਿਹਾ ਹੈ ਕਿ ਇਸ ਦੇ 16,000 ਕਰੋੜ ਰੁਪਏ ਚੂਹੇ ਕੁਤਰ ਜਾਂਦੇ ਸਨ। ਤੁਸੀਂ ਆਪ ਅੰਦਾਜ਼ਾ ਲਗਾਓ ਕਿ ਇਸ ਕੋਲ ਕਿੰਨਾ ਪੈਸਾ ਹੋਵੇਗਾ। ਦੋਸਤੋ ਫਿਰ ਕੀ ਹੁੰਦਾ ਹੈ, ਜਦੋਂ ਇਹ ਇਸ ਖੇਤਰ ਦੇ ਵਿੱਚ ਪੈ ਜਾਂਦਾ ਹੈ ਤਾਂ ਇਹ ਬਹੁਤ ਸਾਰੇ ਜਿਹੜੇ ਆ ਕ੍ਰਾਈਮ ਵੀ ਕਰਨ ਲੱਗ ਜਾਂਦਾ ਹੈ। ਕਹਿੰਦੇ ਆ ਕਿ ਇਸਨੇ 5 ਤੋਂ 6,000 ਕਤਲਾਂ ਦੀ ਸਾਜ਼ਿਸ਼ ਰਚੀ ਹੈ ਜਿਸ ਦੇ ਵਿੱਚ ਕਿਤੇ ਨਾ ਕਿਤੇ ਇਸਦਾ ਹੱਥ ਹੁੰਦਾ ਸੀ। ਇੱਥੋਂ ਤੱਕ ਕਿ ਇਹ ਜੱਜਾਂ ਨੂੰ ਵੀ ਜਿਹੜਾ ਹੈ ਖਰੀਦ ਲੈਂਦਾ ਸੀ। ਕਹਿੰਦੇ ਆ ਕਿ ਇਹ ਦੋ ਗੱਲਾਂ ਕਹਿੰਦਾ ਸੀਗਾ, ਜਾਂ ਰਿਸ਼ਵਤ ਜਾਂ ਮੌਤ। ਉਹਦੇ ਸ਼ਬਦ ਵਰਤੇ ਜਾਂਦੇ ਸੀ ਚਾਂਦੀ ਜਾਂ ਸੀਸਾ, ਯਾਨੀ ਕਿ ਜਾਂ ਤਾਂ ਤੁਸੀਂ ਰਿਸ਼ਵਤ ਲੈ ਲਓ ਤੁਸੀਂ ਬਚ ਜਾਓਗੇ, ਜੇ ਤੁਸੀਂ ਰਿਸ਼ਵਤ ਨਹੀਂ ਲਓਗੇ ਤਾਂ ਤੁਹਾਡੀ ਮੌਤ ਤੈਅ ਹੈ। ਦੋਸਤੋ ਪਾਬਲੋ ਜਿਹੜਾ ਹੈ ਲੋਕਾਂ ਦੀ ਜਿੱਥੇ ਮਦਦ ਵੀ ਕਰਦਾ ਸੀ ਕਿਉਂਕਿ ਇਸ ਕੋਲ ਬਹੁਤ ਜ਼ਿਆਦਾ ਪੈਸਾ ਸੀ। ਇਸਨੇ ਆਪਣੇ ਸ਼ਹਿਰ ਦੇ ਵਿੱਚ ਬਹੁਤ ਵਿਕਾਸ ਕੀਤਾ, ਇਸੇ ਲਈ ਉੱਥੋਂ ਦੇ ਲੋਕ ਇਸ ਨੂੰ ਰੋਬਿਨ ਹੁੱਡ ਕਹਿੰਦੇ ਸੀ। ਇਹ ਉਹਨਾਂ ਦੀ ਪੈਸੇ ਦੇ ਨਾਲ ਮਦਦ ਕਰਦਾ, ਸੜਕਾਂ ਦਾ ਨਿਰਮਾਣ ਕਰਾਉਂਦਾ, ਫੁੱਟਬਾਲ ਸਟੇਡੀਅਮ ਬਣਵਾਉਂਦਾ ਕਿਉਂਕਿ ਇਸ ਨੂੰ ਫੁੱਟਬਾਲ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ। ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਕਿ 1991 ਦੇ ਵਿੱਚ ਇਹਨੇ ਪੇਸ਼ਕਸ਼ ਕੀਤੀ ਸੀ ਸਰਕਾਰ ਨੂੰ ਕਿ ਮੈਂ ਜੇਲ੍ਹ ਦੇ ਵਿੱਚ ਜਾਣ ਲਈ ਤਿਆਰ ਹਾਂ, ਪਰ ਮੇਰੀ ਇੱਕ ਸ਼ਰਤ ਆ ਕਿ ਮੈਂ ਆਪਣੀ ਬਣਾਈ ਹੋਈ ਜੇਲ੍ਹ ਵਿੱਚ ਰਹਾਂਗਾ। ਕਹਿੰਦੇ ਕਿ ਇਹਨੇ ਉਹ ਜੇਲ੍ਹ ਬਣਾਈ ਸੀ, ਉਸ ਜੇਲ੍ਹ ਦੇ ਵਿੱਚ ਇਸਨੇ ਆਲੀਸ਼ਾਨ ਕਮਰੇ ਬਣਵਾਏ, ਉਸ ਜੇਲ੍ਹ ਦੇ ਵਿੱਚ ਸਵੀਮਿੰਗ ਪੂਲ ਬਣਾਇਆ ਗਿਆ, ਚਿੜੀਆ ਘਰ ਬਣਾਇਆ ਗਿਆ ਤੇ ਉਸ ਵਿੱਚ ਉਹ ਜਾਨਵਰ ਰੱਖੇ ਗਏ ਜਿਹੜੇ ਕੋਲੰਬੀਆ ਦੇ ਵਿੱਚ ਕਦੇ ਵੇਖੇ ਵੀ ਨਹੀਂ ਸੀ ਗਏ ਤੇ ਉਸ ਜੇਲ੍ਹ ਦੇ ਵਿੱਚ ਰਹਿੰਦਾ ਰਿਹਾ। ਦੋਸਤੋ ਇਸਦਾ ਜਿਹੜਾ ਸਾਮਰਾਜ ਸੀ ਕਾਫੀ ਜ਼ਿਆਦਾ ਫੈਲ ਚੁੱਕਾ ਸੀ ਸਮਗਲਿੰਗ ਦੇ ਖੇਤਰ ਦੇ ਵਿੱਚ। ਕਹਿੰਦੇ ਹੈ ਕਿ 80% ਕੋਕੀਨ ਦੀ ਪੂਰਤੀ ਅਮਰੀਕਾ ਵਿੱਚ ਜਿਹੜਾ ਹੈ ਇਕੱਲਾ ਪਾਬਲੋ ਕਰਦਾ ਸੀ, ਪਰ ਇਸ ਨੂੰ ਕੋਈ ਫੜ ਨਹੀਂ ਸੀ ਪਾਉਂਦਾ ਕਿਉਂਕਿ ਇਸਦੇ ਵੱਖੋ ਵੱਖਰੇ ਢੰਗ ਹੁੰਦੇ ਸਨ ਕੋਕੀਨ ਦੀ ਸਮਗਲਿੰਗ ਕਰਨ ਦੇ। ਜੇਕਰ ਕੋਈ ਇਹਦਾ ਇੱਕ ਢੰਗ ਜਾਣ ਲੈਂਦਾ ਸੀ ਤਾਂ ਇਹ ਦੂਜਾ ਢੰਗ ਜਿਹੜਾ ਹੈ ਅਪਣਾ ਲੈਂਦਾ ਸੀ। ਇਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ। ਫਿਰ ਕੀ ਹੁੰਦਾ ਹੈ, ਅਮਰੀਕਾ ਤੇ ਕੋਲੰਬੀਆ ਦੇ ਵਿਚਕਾਰ ਇੱਕ ਸੰਧੀ ਹੁੰਦੀ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਅਮਰੀਕਾ ਕਿਸੇ ਵੀ ਉਸ ਇਨਸਾਨ ਨੂੰ ਡਿਪੋਰਟ ਕਰ ਸਕਦਾ ਆ ਜੋ ਸਮਗਲਿੰਗ ਦੇ ਨਾਲ ਜੁੜਿਆ ਹੋਵੇ। ਇਸ ਨੂੰ ਚਿੰਤਾ ਸਤਾਉਣ ਲੱਗੀ ਕਿਉਂਕਿ ਕੋਲੰਬੀਆ ਦੇ ਵਿੱਚ ਇਹ ਜਿਹੜਾ ਹੈ ਪੂਰਾ ਰਾਜ ਚਲਾਉਂਦਾ ਸੀ ਕਿਉਂਕਿ ਇਸ ਕੋਲ ਧਨ ਦੌਲਤ ਸ਼ੌਹਰਤ ਬਹੁਤ ਸੀ। ਫਿਰ ਇਹ ਕੀ ਕਰਦਾ ਆ ਕਿ ਇਹ ਚਾਹੁੰਦਾ ਆ ਕਿ ਮੈਂ ਸਰਕਾਰ ਦਾ ਹਿੱਸਾ ਬਣਦਾ ਵਾਂ ਤੇ ਇਸ ਕਾਰਨ ਜਿਹੜਾ ਮੈਨੂੰ ਸੰਧੀ ਤੋਂ ਛੋਟ ਮਿਲ ਜਾਏਗੀ। ਉਹ ਚੋਣਾਂ ਲੜਦਾ ਹੈ, ਉਹ ਚੋਣਾਂ ਜਿੱਤ ਵੀ ਜਾਂਦਾ ਆ, ਉਹ ਸੰਸਦ ਦੇ ਵਿੱਚ ਪਹੁੰਚ ਵੀ ਜਾਂਦਾ ਆ ਤੇ ਇਹਨੂੰ ਇਹ ਲੱਗਦਾ ਹੈ ਕਿ ਹੁਣ ਜਿਹੜਾ ਹੈ ਮੇਰਾ ਬਚਾਅ ਹੋ ਗਿਆ ਹੈ, ਹੁਣ ਇਸ ਸੰਧੀ ਦੇ ਤਹਿਤ ਮੈਨੂੰ ਅਮਰੀਕਾ ਗ੍ਰਿਫਤਾਰ ਨਹੀਂ ਕਰੇਗਾ। ਪਰ ਫਿਰ ਕੀ ਹੁੰਦਾ ਆ, ਬਹੁਮਤ ਦੇ ਨਾਲ ਸੰਸਦ ਵਿੱਚ ਇੱਕ ਮਤਾ ਪਾਸ ਹੁੰਦਾ ਆ ਤੇ ਇਹ ਚੀਜ਼ ਲਿਆਂਦੀ ਜਾਂਦੀ ਹੈ ਕਿ ਗ੍ਰਿਫਤਾਰ ਕੀਤਾ ਜਾ ਸਕਦਾ ਆ, ਚਾਹੇ ਉਹ ਕੋਈ ਸੰਸਦ ਹੀ ਕਿਉਂ ਨਾ ਹੋਵੇ ਜੋ ਸਮਗਲਿੰਗ ਕਰਦਾ ਆ, ਅਮਰੀਕਾ ਉਸਨੂੰ ਫੜ ਸਕਦਾ ਆ। ਇਸ ਦੀਆਂ ਹੋਰ ਮੁਸ਼ਕਲਾਂ ਵੱਧ ਜਾਂਦੀਆਂ ਆ, ਤਾਂ ਹੀ ਫਿਰ ਇਹ ਉਸ ਤੋਂ ਬਾਅਦ ਜਿਹੜਾ ਹੈ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਕਰਦਾ ਆ। 1 ਸਾਲ ਤੱਕ ਇਹ ਜੇਲ੍ਹ ਦੇ ਵਿੱਚ ਵੀ ਰਹਿੰਦਾ ਆ। ਜਦੋਂ ਅਮਰੀਕਾ ਦੇ ਵਿੱਚ ਇਹ ਚੀਜ਼ ਤੈਅ ਹੋ ਜਾਂਦੀ ਹੈ, ਇੱਕ ਫੋਰਸ ਬਣਾਈ ਜਾਂਦੀ ਹੈ ਜਿਸ ਦੇ ਤਹਿਤ ਜਿਹੜਾ ਹੈ ਸਮਗਲਰਾਂ ਨੂੰ ਫੜਨ ਦੀ ਕੋਸ਼ਿਸ਼ ਹੁੰਦੀ ਹੈ, ਖਾਸ ਕਰਕੇ ਇਹ ਫੋਰਸ ਤਾਂ ਹੀ ਬਣਾਈ ਜਾਂਦੀ ਹੈ ਤਾਂ ਜੋ ਪਾਬਲੋ ਨੂੰ ਫੜਿਆ ਜਾ ਸਕੇ ਤੇ ਇਹਨੂੰ ਅਮਰੀਕਾ ਲਿਆਂਦਾ ਜਾ ਸਕੇ। ਜਦੋਂ ਇਸ ਗੱਲ ਦੀ ਪਿਣਕ ਪਾਬਲੋ ਨੂੰ ਪੈਂਦੀ ਹੈ ਤਾਂ ਇੱਕ ਗੁਪਤ ਸੁਰੰਗ ਉਸਨੇ ਜੇਲ੍ਹ ਦੇ ਵਿੱਚ ਬਣਾਈ ਹੁੰਦੀ ਹੈ, ਉਸ ਤੋਂ ਉਹ ਜਿਹੜਾ ਹੈ ਫਰਾਰ ਹੋ ਜਾਂਦਾ ਆ। ਪੁਲਿਸ ਉਹਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਫੜਿਆ ਨਹੀਂ ਜਾਂਦਾ। ਫਿਰ ਇੱਕ ਅਖਬਾਰ ਦੇ ਵਿੱਚ ਇੱਕ ਵਾਰੀ ਖਬਰ ਛਪਦੀ ਹੈ ਕਿ ਕਿਸੇ ਨਿਊਜ਼ ਚੈਨਲ ਦੀ ਐਂਕਰ ਦੇ ਨਾਲ ਪਾਬਲੋ ਦਾ ਜਿਹੜਾ ਹੈ ਪਿਆਰ ਦਾ ਚੱਕਰ ਜਿਹੜਾ ਚੱਲ ਰਿਹਾ ਆ। ਜਦੋਂ ਇਹ ਗੱਲ ਜਿਹੜੀ ਹੈ ਉਸਦੀ ਘਰ ਵਾਲੀ ਨੂੰ ਪਤਾ ਚੱਲਦੀ ਹੈ ਤਾਂ ਤਲਾਕ ਤੱਕ ਨੌਬਤ ਆ ਜਾਂਦੀ ਹੈ,
ਕਿਵੇਂ ਨਾ ਕਿਵੇਂ ਆਪਣੀ ਘਰਵਾਲੀ ਨੂੰ ਸਮਝਾ ਲੈਂਦਾ ਹੈ ਤੇ ਇਹਨਾਂ ਦਾ ਤਲਾਕ ਜਿਹੜਾ ਨਹੀਂ ਹੁੰਦਾ। ਕਿਉਂਕਿ ਪਾਬਲੋ ਕਹਿੰਦੇ ਕਿ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀਗਾ, ਉਹ ਆਪਣੇ ਪਰਿਵਾਰ ਦੀ ਹਰ ਖੁਸ਼ੀ ਨੂੰ ਜਿਹੜਾ ਹੈ ਦੁੱਗਣਾ ਚੌਗਣਾ ਕਰਨ ਦੀ ਕੋਸ਼ਿਸ਼ ਕਰਦਾ ਸੀ। ਜਦੋਂ ਪਾਬਲੋ ਦਾ ਇੰਨਾ ਜ਼ਿਆਦਾ ਰਾਜ ਫੈਲ ਜਾਂਦਾ ਹੈ ਤਾਂ ਉਸਦੇ ਕਈ ਦੁਸ਼ਮਣ ਵੀ ਪੈਦਾ ਹੁੰਦੇ ਆ, ਕਿਉਂਕਿ ਉਸ ਦੌਰ ਦਾ ਉਹ ਸਭ ਤੋਂ ਵੱਡਾ ਸਮਗਲਰ ਸੀ। ਦੋਸਤੋ, 1999 ਦੀ ਫੋਰਬਸ ਮੈਗਜ਼ੀਨ ਜਿਹੜੀ ਕਿ ਅਮੀਰਾਂ ਦੀ ਸੂਚੀ ਜਾਰੀ ਕਰਦਾ ਹੈ, ਉਸ ਦੇ ਵਿੱਚ ਇਸਨੂੰ 7ਵਾਂ ਸਥਾਨ ਮਿਲਿਆ ਸੀ। ਦੋਸਤੋ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜੇਲ੍ਹ ਤੋਂ ਫਰਾਰ ਹੋ ਜਾਂਦਾ ਹੈ, ਉਸ ਤੋਂ ਬਾਅਦ ਇਹਦੀਆਂ ਕਾਫੀ ਜ਼ਿਆਦਾ ਮੁਸ਼ਕਲਾਂ ਵੱਧ ਜਾਂਦੀਆਂ ਆ, ਇਹ ਜਿਹੜਾ ਹੈ ਆਪਣੇ ਆਪ ਨੂੰ ਅੰਡਰਗਰਾਊਂਡ ਕਰ ਲੈਂਦਾ ਹੈ। ਉਦੋਂ ਕੀ ਹੁੰਦਾ ਹੈ ਕਿ ਇਹਦਾ ਜਨਮ ਦਿਨ ਹੁੰਦਾ ਆ 1 ਦਸੰਬਰ ਨੂੰ, 1993 ਦੀ ਇਹ ਗੱਲ ਹੈ। ਇਹ ਚਾਹੁੰਦਾ ਹੈ ਕਿ ਆਪਣੇ ਪਰਿਵਾਰ ਦੇ ਨਾਲ ਇਹ ਸਮਾਂ ਗੁਜ਼ਾਰੇ। ਇਹ ਕੀ ਕਰਦਾ ਹੈ, ਜਰਮਨੀ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਤੇ ਚਾਹੁੰਦਾ ਕਿ ਇਸਦਾ ਪਰਿਵਾਰ ਵੀ ਉੱਥੇ ਪਹੁੰਚ ਜਾਵੇ, ਪਰ ਜਰਮਨੀ ਦੀ ਸਰਕਾਰ ਇਸਦੇ ਪਰਿਵਾਰ ਨੂੰ ਉੱਥੇ ਐਂਟਰ ਨਹੀਂ ਕਰਨ ਦਿੰਦੀ ਤੇ ਵਾਪਸ ਭੇਜ ਦਿੰਦੀ ਹੈ। ਉਸ ਤੋਂ ਬਾਅਦ ਇਹ ਆਪਣੇ ਪਰਿਵਾਰ ਨੂੰ ਨਹੀਂ ਮਿਲ ਪਾਉਂਦਾ। ਫਿਰ ਕੀ ਹੁੰਦਾ ਕਿ ਇਹ ਕੋਸ਼ਿਸ਼ ਕਰਦਾ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਆਪਣੇ ਪਰਿਵਾਰ ਦੇ ਨਾਲ ਸੰਪਰਕ ਕਰਾਂ ਤੇ ਤਾਂ ਜੋ ਮੈਨੂੰ ਉਹਨਾਂ ਦਾ ਹਾਲ ਚਾਲ ਪਤਾ ਲੱਗ ਸਕੇ। ਇਹਦੀ ਬੇਟੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਉਸ ਦਿਨ ਇਹਦੇ ਪਿਤਾ ਜੀ ਦੀਆਂ ਇਹਨਾਂ ਨੂੰ 7 ਕਾਲਾਂ ਆਉਂਦੀਆਂ ਨੇ, ਇਹ ਨਹੀਂ ਚੁੱਕਦੇ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਪਲੀਜ਼ ਸਾਡਾ ਫੋਨ ਟੈਪ ਕਰੇਗੀ ਤੇ ਉਹਨਾਂ ਦੀ ਲੋਕੇਸ਼ਨ ਬਾਰੇ ਪਤਾ ਲੱਗ ਜਾਏਗਾ। ਪਰ ਜਦੋਂ 7 ਵਾਰੀ ਫੋਨ ਆਉਂਦਾ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕੋਈ ਅਜਿਹੀ ਗੱਲ ਨਾ ਹੋਵੇ ਜੋ ਚਿੰਤਾ ਦੀ ਹੋਵੇ, ਉਹ ਫੋਨ ਚੱਕ ਲੈਂਦੇ ਆ, ਜਿਸ ਤੋਂ ਪੁਲਿਸ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਪਾਬਲੋ ਦੀ ਲੋਕੇਸ਼ਨ ਕੀ ਆ, ਉਹ ਇਸ ਵਕਤ ਕਿੱਥੇ ਹੈ। ਪੁਲਿਸ ਜਿਹੜੀ ਹੈ ਉਸ ਜਗ੍ਹਾ ਨੂੰ ਘੇਰਾ ਪਾ ਲੈਂਦੀ ਹੈ। ਘੇਰਾ ਪਾਉਣ ਤੋਂ ਬਾਅਦ ਜਿਹੜਾ ਹੈ ਆਪਸ ਦੇ ਵਿੱਚ ਕਹਿੰਦੇ ਮੁੱਠਭੇੜ ਹੁੰਦੀ ਹੈ ਤੇ ਗੋਲੀ ਲੱਗਣ ਕਾਰਨ ਪਾਬਲੋ ਦੀ ਮੌਤ ਹੋ ਜਾਂਦੀ ਹੈ। ਹੁਣ ਇਸ ਦੀ ਮੌਤ ਦੇ ਉੱਤੇ ਵੀ ਇੱਕ ਰਹੱਸ ਬਣਿਆ ਹੋਇਆ, ਕਿਉਂਕਿ ਇਸ ਦਾ ਪਰਿਵਾਰ ਇਹ ਦਾਅਵਾ ਕਰਦਾ ਹੈ ਕਿ ਪਾਬਲੋ ਕਦੇ ਵੀ ਪੁਲਿਸ ਦੀ ਗੋਲੀ ਨਾਲ ਨਹੀਂ ਮਰ ਸਕਦਾ, ਕਿਉਂਕਿ ਉਹ ਅਕਸਰ ਇਹ ਗੱਲ ਕਹਿੰਦਾ ਸੀ ਕਿ ਜਦੋਂ ਵੀ ਕਦੇ ਅਜਿਹੇ ਹਾਲਾਤ ਬਣਨਗੇ ਕਿ ਪੁਲਿਸ ਉਸਨੂੰ ਘੇਰਾ ਪਾ ਲਵੇਗੀ ਤਾਂ ਉਹ ਖੁਦ ਨੂੰ ਗੋਲੀ ਮਾਰ ਲਵੇਗਾ, ਉਹ ਪੁਲਿਸ ਦੀ ਗੋਲੀ ਨਾਲ ਕਦੇ ਵੀ ਨਹੀਂ ਮਰੇਗਾ। ਤੇ ਕਹਿੰਦੇ ਆ ਕਿ ਜਦੋਂ ਪਾਬਲੋ ਦੀ ਮੌਤ ਹੁੰਦੀ ਹੈ ਤੇ ਉਹਦੇ ਜਿਹੜੀ ਗੋਲੀ ਲੱਗਦੀ ਹੈ ਉਹ ਕੰਨ ਤੋਂ ਉੱਪਰ ਲੱਗਦੀ ਹੈ। 2 ਦਸੰਬਰ 1993 ਨੂੰ ਜਦੋਂ ਪਾਬਲੋ ਦੀ ਮੌਤ ਹੁੰਦੀ ਹੈ ਤਾਂ ਉਸਨੂੰ ਦਫਨਾ ਦਿੱਤਾ ਜਾਂਦਾ ਹੈ। 2 ਦਿਨਾਂ ਬਾਅਦ ਉਸਦੀ ਮਾਂ ਉਸਦੀ ਕਬਰ ਨੂੰ ਦੁਬਾਰਾ ਪਟਵਾਉਂਦੀ ਹੈ ਤਾਂ ਜੋ ਸ਼ਨਾਖਤ ਕੀਤੀ ਜਾ ਸਕੇ ਕਿ ਪਾਬਲੋ ਦੀ ਹੀ ਮੌਤ ਹੋਈ ਹੈ, ਤੇ ਉਸਦੀ ਪਤਨੀ ਉਸ ਸਮੇਂ ਇੱਕ ਜਿਹੜੀ ਹੈ ਵੀਡੀਓ ਨੂੰ ਵੀ ਰਿਕਾਰਡ ਕਰਦੀ ਹੈ ਤਾਂ ਜੋ ਇੱਕ ਸਬੂਤ ਰਿਹਾ ਜਾ ਸਕੇ। ਸੋ ਦੋਸਤੋ, ਇਹ ਸੀ ਪਾਬਲੋ ਦੀ ਕਹਾਣੀ, ਜੋ ਕਿ ਅੱਜ ਤੱਕ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਸਮਗਲਰ ਦੇ ਤੌਰ ਤੇ ਜਾਣਿਆ ਜਾਂਦਾ ਹੈ, ਜਿਸ ਦੀ ਜਾਇਦਾਦ ਜਿਹੜੀ ਹੈ ਉਸਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਦੋਸਤੋ, ਕਹਿੰਦੇ ਆ ਕਿ ਅੱਜ ਤੱਕ ਵੀ ਉਹ ਥਾਵਾਂ ਦੇ ਵਿੱਚੋਂ ਪੈਸਾ ਮਿਲ ਰਿਹਾ ਹੈ ਜਿੱਥੇ ਜਿੱਥੇ ਪਾਬਲੋ ਨੇ ਜਾਇਦਾਦਾਂ ਖਰੀਦੀਆਂ ਸਨ, ਕਿਉਂਕਿ ਕਹਿੰਦੇ ਕਿ 2020 ਦੇ ਵਿੱਚ ਉਸਦੇ ਭਤੀਜੇ ਨੂੰ ਜਿਹੜਾ ਹੈ 148 ਕਰੋੜ ਰੁਪਇਆ ਮਿਲਿਆ ਸੀਗਾ ਇੱਕ ਅਜਿਹੀ ਥਾਂ ਤੋਂ ਜਿੱਥੇ ਪਾਬਲੋ ਰਿਹਾ ਕਰਦਾ ਸੀ। ਦੋਸਤੋ, ਸਰਕਾਰ ਵੱਲੋਂ ਬੇਸ਼ੱਕ ਦੀ ਉਹ ਸਾਰਾ ਪੈਸੇ ਨੂੰ ਇਕੱਠਾ ਕਰ ਲਿਆ ਗਿਆ ਸੀ, ਜ਼ਬਤ ਕਰ ਲਿਆ ਗਿਆ ਸੀ, ਜੋ ਕਿ ਪਾਬਲੋ ਵੱਲੋਂ ਸਮਗਲਿੰਗ ਦੇ ਖੇਤਰ 'ਚੋਂ ਬਣਾਇਆ ਗਿਆ ਸੀ। ਪਰ ਕਹਿੰਦੇ ਹੈ ਕਿ ਬੇਸ਼ੱਕ ਸਰਕਾਰ ਨੇ ਪਾਬਲੋ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਸੀ, ਉਸਦੇ ਜਿਹੜੇ ਵੀ ਟਿਕਾਣੇ ਸਨ ਉੱਥੋਂ ਜਿਹੜਾ ਪੈਸੇ ਨੂੰ ਵੀ ਇਕੱਠਾ ਕਰ ਲਿਆ ਗਿਆ, ਉਸ ਵੱਲੋਂ ਜਿਹੜੀਆਂ ਜ਼ਮੀਨ ਜਾਇਦਾਦਾਂ ਬਣਾਈਆਂ ਗਈਆਂ ਉਹਨਾਂ ਨੂੰ ਵੀ ਜ਼ਬਤ ਕਰ ਲਿਆ ਗਿਆ। ਪਰ ਕਹਿੰਦੇ ਆ ਕਿ ਫਿਰ ਵੀ ਪਾਬਲੋ ਨੇ ਇੰਨਾ ਪੈਸਾ ਇਕੱਠਾ ਕੀਤਾ ਸੀਗਾ ਕਿ ਉਸਦਾ ਪਰਿਵਾਰ ਹੁਣ ਤੱਕ ਜਿਹੜਾ ਹੈ ਸ਼ਾਨੋ ਸ਼ੌਕਤ ਦੇ ਨਾਲ ਆਪਣਾ ਜੀਵਨ ਬਤੀਤ ਕਰ ਰਿਹਾ ਆ, ਕਿਉਂਕਿ ਉਹਨੇ ਅਲੱਗ ਅਲੱਗ ਥਾਵਾਂ ਦੇ ਉੱਤੇ ਪੈਸਾ ਰੱਖਿਆ ਸੀ, ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਵੀ ਉਸਨੇ ਪੈਸਾ ਭੇਜਿਆ ਸੀ, ਤਜੋਰੀਆਂ ਜਿਹੜੀਆਂ ਨੇ ਉਹ ਜ਼ਮੀਨ ਦੇ ਵਿੱਚੋਂ ਪੱਟੀਆਂ ਗਈਆਂ ਸੀ, ਕੰਧਾਂ ਦੇ ਵਿੱਚ ਜਿਹੜਾ ਹੈ ਪੈਸਿਆਂ ਨੂੰ ਰੱਖਿਆ ਗਿਆ ਸੀ। ਜਿੱਥੋਂ ਤੱਕ ਹੋ ਸਕੇ ਸਰਕਾਰ ਨੇ ਇਸ ਪੈਸੇ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਰਾ ਪੈਸਾ ਸਰਕਾਰ ਹਾਲੇ ਤੱਕ ਵੀ ਉਸਦਾ ਜ਼ਬਤ ਨਹੀਂ ਕਰ ਸਕੀ। ਤੇ ਜਿੰਨਾ ਥਾਵਾਂ ਦੇ ਉੱਤੇ ਪਾਬਲੋ ਰਹਿੰਦਾ ਰਿਹਾ ਆ, ਕਹਿੰਦੇ ਅੱਜ ਕੱਲ ਉਹ ਟੂਰਿਸਟ ਪਲੇਸਿਸ ਬਣੀਆਂ ਹੋਈਆਂ, ਲੋਕ ਉੱਥੇ ਜਾਂਦੇ ਆ ਤੇ ਸੋਚਦੇ ਆ ਕਿ ਕੀ ਪਤਾ ਸਾਨੂੰ ਵੀ ਇੱਥੋਂ ਕੋਈ ਪੈਸਾ ਮਿਲ ਸਕੇ। ਦੋਸਤੋ, ਅੱਜ ਆਪਾਂ ਗੱਲ ਕੀਤੀ ਹੈ ਪਾਬਲੋ ਬਾਰੇ, ਅਗਲੇ ਪ੍ਰੋਗਰਾਮ ਵਿੱਚ ਕਿਸੇ ਹੋਰ ਬਾਰੇ ਗੱਲ ਕਰਾਂਗੇ। ਤੇ ਜੇਕਰ ਤੁਸੀਂ ਅਜਿਹੀਆਂ ਹੀ ਹੋਰ ਵੀਡੀਓਜ਼ ਚਾਹੁੰਦੇ ਹੋ ਤਾਂ ਸਾਡੇ ਚੈਨਲ RD ਪ੍ਰੋਡਕਸ਼ਨਸ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ।